ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਐਕਟਰਸ ਨੇ ਨਾ, ਹਾਂਜੀ, ਉਹ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਛੋਟੇ ਹੁੰਦੇ ਹੀ ਕਿਸੇ ਨਾ ਕਿਸੇ ਰੋਲ ਦੇ ਵਿੱਚ ਫਿੱਟ ਕਰਨ ਲੱਗ ਜਾਂਦੇ ਆ, ਕਿਵੇਂ ਉਹ ਇਸ ਕਰਕੇ ਕਿ ਉਹਨਾਂ ਦਾ ਚਾਕਾ ਖੁੱਲ ਜੇ, ਹਾਂਜੀ ਹਾਂ, ਉਹਨਾਂ ਨੂੰ ਝਿਜਕ ਨਾ ਹੋਵੇ ਬਾਅਦ ਚ, ਉਹਨਾਂ ਨੂੰ ਉਹ ਇੰਨੇ ਯੂਜ਼ ਟੂ ਹੋ ਜਾਣ ਕੈਮਰੇ ਦੇ ਅੱਗੇ, ਤੇ ਤੁਸੀਂ ਛੋਟੇ ਹੁੰਦੇ ਕੋਈ ਏਦਾਂ ਦੇ ਹੱਥ ਪੈਰ ਤੁਹਾਡੇ ਤੋਂ ਮਰਵਾਏ, ਮਨ ਸਾਹਿਬ ਚੱਲ ਬਈ ਆਹ ਕੈਮਰਾ ਫੇਸ ਕਰ ਵੀ ਚੱਲ ਏਦਾਂ। ਐਕਚੁਅਲੀ ਹਾਂਜੀ, ਕਿਉਂ ਉਹ ਪਾਪਾ ਨਹੀਂ ਕਰਾਇਆ, ਉਹ ਮੈਂ ਇੰਨਾ ਐਕਸਾਈਟਡ ਹੁੰਦਾ ਸੀਗਾ ਕਿ ਮੈਂ ਪਾਪੂ ਨੂੰ ਕਹਿੰਦਾ ਸੀ ਪਾਪਾ ਮੈਂ ਕਰਨਾ ਹੈ। ਅੱਛਾ, ਕਿਹੜਾ ਕਿਹੜਾ ਕੀ ਚੀਜ਼ ਕੀਤਾ? ਸਭ ਤੋਂ ਪਹਿਲਾਂ ਅਰਲੀ 2000 ਪਾਪਾ ਦਾ ਗਾਣਾ ਆਇਆ ਸੀਗਾ ਜਗ ਜਿਉਂਦਾ ਦੇ ਮੇਲੇ ਰੀਮਿਕਸ ਕਰਕੇ, ਤੇ ਉਸਦੀ ਵੀਡੀਓ ਵਿੱਚ ਐਂਡਿੰਗ ਵਿੱਚ ਇੱਕ ਬੱਚਾ ਭੱਜ ਕੇ ਉਹਨਾਂ ਦੇ ਪਾਪਾ ਉਹ ਚੁੱਕਦੇ ਨੇ, ਉਹ ਮੈਂ ਹੀ ਆ ਉਹਦੇ ਵਿੱਚ। ਤੇ ਉਸ ਦਿਨ ਹੈ ਨਾ ਪਤਾ ਨਹੀਂ ਕੀ ਹੋਇਆ ਸੀਗਾ, ਉਹ ਕੋਈ ਜਿਹੜੇ ਚਾਈਲਡ ਆਰਟਿਸਟ ਸੀ ਉਹ ਆ ਨਹੀਂ ਸਕੀ ਫੋਰ ਸਮ ਰੀਜ਼ਨ, ਤੇ ਮੇਰੇ ਲਈ ਤਾਂ ਮੌਕਾ ਆ ਗਿਆ, ਮੈਂ ਸੁਣ ਲਈ ਇਹ ਗੱਲ ਤੇ ਮੈਂ ਮੰਮਾ ਨੂੰ ਤੰਗ ਕਰ।